ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤੇ ਮਿਠਾ ਜੀ ਪੰਜਾਬ ਤੋਂ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪ੍ਰਵੇਜ ਲਾਈ ਸਾਹਿਬ ਦੇ ਅੱਗੇ ਖਾਈਏ ਤੇ ਪਿੱਛੇ ਪਤਾ ਨਹੀਂ ਕੀ ਹੈ ਕੋਈ ਸਮਝ ਨਹੀਂ ਕਿ ਪ੍ਰਵੇਜ ਲਾਈ ਸਾਹਿਬ ਨੇ ਕਿੱਧਰ ਜਾਣਾ ਤੇ ਕਿੱਧਰੋਂ ਆਣਾ ਉਧਰੋਂ ਅਦਾਲਤ ਜਿਹੜੀ ਹੈ ਕੱਲ ਉਹ ਕਹਿ ਰਹੇ ਸੀ ਕਿ ਇਤਮਾਦ ਦਾ ਵੋਟ ਲਵੋ ਇਸ ਤੋਂ ਇਲਾਵਾ ਚਾਰਾ ਬਣਦਾ ਨਹੀਂ ਕਿਉਂਕਿ ਗਵਰਨਰ ਦਾ ਜਿਹੜਾ ਹੁਕਮ ਹੈ ਉਹਦੇ ਉੱਤੇ ਇਤਮਾਦ ਦਾ ਵੋਟ ਲੈਣਾ ਉਹਦਾ ਵਕੀਲ ਕਹੀ ਜਾ ਰਿਹਾ ਸੀ ਕਿ ਨਹੀਂ ਇਹ ਇਤਮਾਦ ਦਾ ਵੋਟ ਨਹੀਂ ਲੈਣਾ ਨਹੀਂ ਲੈ ਸਕਦੇ ਫਲਾ ਇਸ ਤਰ੍ਹਾਂ ਦੀਆਂ ਗੱਲਾਂ ਉਹ ਮਾਰੀ ਜਾ ਰਿਹਾ ਸੀ ਰਾਤ ਸ਼ਾਮ ਪੈਂਦੀ ਹੈ 5 6 ਵਜੇ ਅਜਲਾਸ ਪੰਜਾਬ ਅਸੈਂਬਲੀ ਦਾ ਸ਼ੁਰੂ ਹੁੰਦਾ ਮੈਂ ਕਿਹਾ ਮੈਂ ਤੁਹਾਨੂੰ ਥੋੜੀ ਜੀ ਨਾਲ ਨਾਲ ਸਾਰੀ ਹਕੀਕਤ ਵੀ ਦੱਸ ਦਿਆਂ ਕਿ ਕੱਲ ਕੀ ਹੋਇਆ ਇਹ ਰਾਤ ਗਏ ਕੀ ਵਾਰਦਾਤ ਡਾਲੀ ਗਈ ਇਹ ਤੁਹਾਨੂੰ ਪਤਾ ਹੈ ਕਿ ਡਾਕੂ ਜਿਹੜੇ ਹੁੰਦੇ ਨੇ ਉਹ ਰਾਤ ਨੂੰ ਵਾਰਦਾਤਾਂ ਕਰਦੇ ਨੇ ਜਦੋਂ ਆਵਾਮ ਸੌਂ ਰਹੀ ਹੁੰਦੀ ਏ ਜਾ ਕੇ ਤਾਲੇ-ਸ਼ਾਲੇ ਤੋੜ ਕੇ ਤੇ ਮਾਲ ਜਿਹੜਾ ਉਹ ਲੁੱਟਦੇ ਨੇ ਤੇ ਉਤੋਂ ਫਿਰ ਡਾਕੂ ਵੀ ਹੋਏ ਤੁਹਾਨੂੰ ਪਤਾ ਹੈ ਕਿ ਇਮਰਾਨ ਖਾਨ ਦੇ ਬਕੌਲ ਪ੍ਰਵੇਜ਼ ਲਈ ਜਿਹੜਾ ਪੰਜਾਬ ਦਾ ਸਭ ਦਾ ਵੱਡਾ ਡਾਕੂ ਸਭ ਤੋਂ ਵੱਡਾ ਡਾਕੂ اور عمران خان ਦੇ ਬਕੌਲ ਮੂਨਸ ਲਈ ਜਿਹੜਾ ਉਹ ਪੰਜਾਬ ਦਾ ਛੋਟਾ ڈاکੂ ਅਸੀਂ ਤੇ ਕੋਈ ਇਲਜ਼ਾਮ ਲਾ ਹੀ ਨਹੀਂ ਸਕਦੇ ਸਾਡੇ ਤੇ ਬੜੇ ਪਿਆਰੇ ਨੇ پرویز ਲਈ ਸਾਹਿਬ ਇਹ ਸਾਰੇ ਇਲਜ਼ਾਮات عمران ਖਾਨ ਸਾਹਿਬ ਨੇ ਲਾਏ اجلاس ਸ਼ੁਰੂ ਹੁੰਦਾ ਜੀ ਉਹਦੇ ਵਿੱਚ ਫਲਾਣਾ ਕਾਨੂੰਨ ਉਰਲਾ ਕਾਨੂੰਨ ਪਰਲਾ ਕਾਨੂੰਨ ਜਿਵੇਂ ਟਾਈਮ ਪਾਸ ਹੁੰਦਾ ਹੈ ਔਰ ਇਹਦੇ ਦਰਮਿਆਨ ਹੀ ਜ਼ਰੀ ਗੱਲੇ اپوزیشن ਵੀ ਉੱਥੇ ਸੀ ਤੇ ਉਤਰਲੇ ਸ਼ਰ ਦੇ ਕਰਲੇ ਰਹਿ ਯਾਰ پرویز ਲਈ ਸਾਹਿਬ ਦਾ ਹੁਕਮ ਆਇਆ ਅਦਾਲਤ ਲੋ ਤੋਂ ਇਤਮਾਦ ਦਾ ਵੋਟ ਲੈ ਲੈਣ ਦਿਓ ਤੁਹਾਡੀ ਮਿਹਰਬਾਨੀ ਜਾਣ ਦਿਓ ਗੁੱਸਾ ਕੀ ਕਰਦੇ ਹੋ ਉਧਰੋਂ ਖਾਨ ਸਾਹਿਬ ਆੰਦ ਨੇ ਕਿ ਅਸੈਂਬਲੀਆ ਤੋੜ ਦੇਣੀਆਂ ਨੇ ਉਧਰੋਂ ਜੇ ਇਹ ਗੱਲ ਨਾ ਹੋਵੇ ਤੇ ਫਿਰ ਵੀ پرویز ਲਈ ਜਾਂਦਾ ਉਧਰੋਂ ਅਸੈਂਬਲੀਆਂ ਵੱਲ ਵੀ ਜਾਂਦਾ ਕੋਈ ਦਰਮਿਆਨਾ ਰਸਤਾ ਕਢੀਏ ਤੇ ਅਸੀਂ ਪ੍ਰਵੇਸ਼ ਲਾਈ ਸਾਹਿਬ ਜਿਹੜੇ ਨੇ ਇਹ ਅਸੈਂਬਲੀ ਨਹੀਂ ਤੋੜਨਗੇ ਤੇ ਤੁਹਾਡੀ ਮਿਹਰਬਾਨੀ ਸਾਨੂੰ ਨਾ ਬੰਦੇ ਪੂਰੇ ਕਰ ਲੈਂਦੇ ਹੋ ਰਾਤ ਗਈ 171 ਬੰਦਾ ਇਹਨਾਂ ਕੋਲ ਸੀ ਰਾਤ 12 ਵਜੇ ਤੱਕ ਬੰਦੇ ਕਿੰਨੇ ਚਾਹੀਦੇ ਨੇ 186 ਵਾਰਦਤ ਕੀ ਪਾੰਦੇ ਨੇ ਕਿ ਰਾਤ ਦੇ ਜਦੋਂ ਵਜਦੇ ਨੇ 11:30 ਅਸੀਂ ਵੀ ਉੱਥੇ ਸੀ ਚਸ਼ਮਦੀਤ ਸੀ ਸਾਰਾ ਕੁਝ ਅਸੀਂ ਆਪਣੀ ਅੱਖੀ ਵੇਖਿਆ ਰਾਤ 11:30 ਵਜੇ پرویز ਲਈ ਆਂਦਾ ਜਿੱਥੇ ਵੀ ਛੁਪਿਆ ਸੀ ਜਿੱਥੇ ਵੀ ਬੈਠਾ ਸੀ ਸਾਰੀ ਗੱਲ ਇਹ ਬੰਦੇ ਤੇ ਹੈ ਨਹੀਂ ਤੇ ਨਵੀਂ ਤੋਂ ਨਵਾਂ ਤਰੀਕਾ ਜਿਹੜਾ ਉਹ ਆਜ਼ਾਦ ਕਰਨਾ ਸੀ ਫਿਰ ਜ਼ੈਰੀ ਗੱਲ ਇਹ ਉਹਨੇ ਇਹੀ ਤਰੀਕਾ ਆਜ਼ਾਦ ਕੀਤਾ ਜਿਹੜਾ ਅੱਗੇ ਜਾ ਕੇ ਅਸੀਂ ਤੁਹਾਨੂੰ ਦੱਸਣਾ 6-7 ਬੰਦੇ ਜਿਹੜੇ ਨਾ ਆਪਣੇ ਮੁਲਾਜ਼ਮੀਆਂ ਉਹਨਾਂ ਨੂੰ ਵੱਲ ਕਪੜੇ ਛਪੜੇ ਪਵਾ ਕੇ ਤੇ ਮਾਸਕ ਮوسک ਪਵਾ ਕੇ ਤੇ ਉਹਨਾਂ ਨੂੰ ਐਮਪੀਏ ਬਣਾ ਕੇ ਨਾ ਤੇ ਅਸੈਂਬਲੀ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ। ਬਗੈਰ ਰਜਿਸਟਰ ਤੇ ਹਾਜ਼ਰੀ ਲਾਇਆ ਉਹਨਾਂ ਨੂੰ ਵੜਨ ਦੀ ਕੋਸ਼ਿਸ਼ ਕੀਤੀ ਰੌਲਾ ਪੈ ਗਿਆ ਵੀ ਇਹ ਤੇ ਐਮਪੀ ਹੈ ਨਹੀਂ ਨਾ। ਇਹਨਾਂ ਕੋਲ ਤੇ ਅਸੈਂਬਲੀ ਦਾ ਕਾਰਡ ਹੀ ਕੋਈ ਨਹੀਂ ਜਿਹੜਾ ਐਮਪੀਏ ਕੋਲ ਹੁੰਦਾ। ਉਹ اپੋਜੀਸ਼ਨ ਵਾਲਿਆਂ ਨੇ ਉਹਨਾਂ ਨੂੰ ਧੱਕੇ ਸ਼ੱਕੇ ਮਾਰ ਕੇ ਬਾਹਰ ਕੱਢ ਦਿੱਤੇ ਜਰਾ ਬੜੇ ਜ਼ਾਕਾਉਰ ਕਰੋ ਕਿ ਪ੍ਰਵੇਜ਼ ਲਾਈ ਔਰ ਇਮਰਾਨ ਖਾਨ ਕੀ ਖੇਡ ਪੈ ਖੇਡ ਦੇ ਨੇ ਪੰਜਾਬ ਸੂਬੇ ਨਾਲ। ਉਹਨਾਂ ਨੇ ਜਦੋਂ ਧੱਕੇ ਸ਼ੱਕੇ ਮਾਰ ਕੇ ਬਾਹਰ ਕੱਢਿਆ ਤੇ ਫਿਰ ਉਹ ਜੋ ਕਰਦੇ ਸੀ ਪਾਓ ਗੱਲ ਖਰਾਬ ਹੋ ਗਈ ਹੁਣ 12 14 ਬੰਦੇ ਜਿਹੜੇ ਨੇ ਉਹ ਸ਼ਾਰਟ ਨੇ 6 7 ਬੰਦੇ ਜਿਹੜੇ ਨੇ ਉਹ ਬਾਹਰ ਨੇ ਕੋਈ ਉਮਰਾ ਕਰਨ ਗਿਆ ਕੋਈ ਦੁਬਈ ਗਿਆ ਕੋਈ ਕਿਧਰੇ ਗਿਆ ਜਿੱਥੇ-ਜਿੱਥੇ ਵੀ 6 7 ਬੰਦੇ ਬਾਹਰ ਨੇ 5 6 ਬੰਦੇ ਨੇ ਉਹਨਾਂ ਨੇ ਵੋਟ ਦੇਣ ਤੋਂ ਇਨਕਾਰ ਕਰ ਦਿੱਤਾ ਇਹ 11 12 ਬੰਦੇ ਬਣਦੇ ਨੇ ਇਹ ਕਰਾਂ ਜੀ 186 ਦੇ ਵਿੱਚੋਂ ਤੁਸੀਂ ਅਗਰ ਇਹ 10 ਬੰਦੇ ਵੀ ਕੱਢ ਦਿਓ ਤੇ ਪਿੱਛੇ ਕਿੰਨੇ ਰਹਿ ਗਏ 176 ਅਸੇ ਅਗਰ ਚਲੋ 12 13 ਨਹੀਂ ਕਰਦੇ 10 ਹੀ ਕਰ ਲੈਣੇ। ਲੇਕਿਨ ਘਟ ਜਿਹੜੇ ਸਨ ਉਹ 20 ਦੇ ਕਰੀਬ ਸਨ ਜਿਹੜੀ ਹਕੀਕਤ ਹੈ। ਫਿਰ ਜਨਾਬ ਇਹਨਾਂ ਨੇ ਕੀ ਕੀਤਾ ਕਿ ਨਵੀਂ ਸਕੀਮ ਲਾਣੀ ਸ਼ੁਰੂ ਕਰ ਦਿੱਤੀ ਕਿਉਂਕਿ ਬੰਦੇ ਉਹਨਾਂ ਬਾਹਰ ਚੁੱਕ ਕੇ ਮਾਰ ਛੜੇ ਆਪੋਜੀਸ਼ਨ ਵਾਲਿਆਂ ਮੈਂ ਇਹ ਤੇ ਐਮਪੀ ਆਈ ਨਹੀਂ ਹੈ ਤੇ ਮੁਲਾਜ਼ਮ ਨੇ ਪ੍ਰਵੇਸ਼ ਲਈ ਦੇ ਘਰ ਦੇ ਗੁਜਰਾਤ ਦੇ ਉਹ ਵੀ ਜਾਦੂ ਨਾ ਚੱਲਿਆ। ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਕਿ ਕਰਾਰਦਾਦ ਬਣਾਈ ਕਿ ਸਪੀਕਰ ਜਿਹੜਾ ਨਾ ਉਹ ਆਪ ਹੀ ਗਿਣਗੁਣ ਕੇ ਤੇ ਆਪ ਹੀ ਐਲਾਨ ਕਰ ਦੇਗਾ ਉਹਦੇ ਤੇ ਕੋਈ ਪੋਲਿੰਗ ਏਜੰਟ ਨਹੀਂ ਹੋਏਗਾ ਕੋਈ ਦੋ ਲੈਣਾ ਹੁੰਦੀਆਂ ਨੇ ਨਾ ਅੱਗੇ ਇੱਕ ਦਾ ਪੋਲਿੰਗ ਏਜੰਟ ਖਲੋਤਾ ਹੈ ਇੱਕ ਦੂਸਰੇ ਦਾ ਖਲੋਤਾ ਹੈ ਉਹ ਉੱਤੇ ਇੱਕ ਬੰਦਾ ਨਿਗਰਾਨ ਖਲੋਤਾ ਹੈ ਬਿਹਾਜ਼ਰੀ ਕਿ ਦੀ ਜ਼ਿਆਦਾ ਹੈ ਤੇ ਕਿ ਦੀ ਘੱਟ ਹੈ ਆਪੋਜੀਸ਼ਨ ਉੱਤੇ ਹਾਜ਼ਰੀ ਕਰਨ ਦੀ ਲੋੜ ਹੀ ਨਹੀਂ ਸੀ ਨਾ ਕਿਉਂਕਿ ਆਪੋਜੀਸ਼ਨ ਨੇ ਤੇ ਵੋਟ ਲੈਣਾ ਨਹੀਂ ਸੀ ਵੋਟ ਤੇ ਲੈਣਾ ਸੀ ਪ੍ਰਵੇਸ਼ ਲਾਈ ਨੇ ਉੱਥੇ ਹੁਣ ਇੱਕ ਲੈਣ ਹੀ ਬਣਨੀ ਸੀ ਜਿੱਥੇ ਦੋ ਪੋਲਿੰਗ ਜੰਡ ਖਲੋਣੇ ਸੀ ਇੱਕ ਪ੍ਰਵੇਸ਼ ਲਾਈ ਦਾ ਤੇ ਇੱਕ ਨੂਨ ਲੀਗ ਦਾ ਉਹਨਾਂ ਕਹੇ ਬਈ ਜੇ ਇੱਥੇ ਪੋਲਿੰਗ ਜੰਡ ਖਲਾਰੀਏ ਤੇ ਬੰਦੇ ਫਿਰ ਘਟਦੇ ਨੇ ਨਾ ਪਛਾਣ ਜਾਣੇ ਨੇ ਕਿ ਐ ਤੇ ਉਹੀ ਗੁਜਰਾਤ ਦੇ ਮੁੰਡੇ ਨੇ ਜਿਹੜੇ ਪ੍ਰਵੇਸ਼ ਲਾਈ ਲੈ ਕੇ ਆਏ ਉਹ ਸਪੀਕਰ ਜਿਹੜਾ ਉਹਨੇ ਇਨਕਾਰ ਕਰ ਦਿੱਤਾ ਉਹਨੇ ਕਿਹਾ ਜੀ ਕੋਈ ਪੋਲਿੰਗ ਜੈਂਟ ਨਹੀਂ ਹੋਏਗਾ ਆਪੋਜੀਸ਼ਨ ਦਾ ਸਿਰਫ ਮੈਂ ਐਲਾਨ ਕਰਨ ਦਾ ਕਿ ਬੰਦੇ ਪੂਰੇ ਨੇ ਕਿ ਨਹੀਂ ਇਹ ਨਾ ਉਥੇ ਰੌਲਾ ਬਾਜਦਾ ਬਈ ਤੂੰ ਇਸ ਕਿਸ ਤਰ੍ਹਾਂ ਕਰ ਸਕਦਾ ਮਤਲਬ ਮੀਡੀਆ ਉੱਤੇ ਬੈਠ ਹੈ ਮੀਡੀਆ ਬਾਰ ਬਾਰ ਰਿਪੋਰਟ ਕਰ ਰਿਹਾ ਹੈ ਕਿ ਬੰਦੇ 15 16 ਬੰਦੇ ਛਾਟ ਨੇ ਇਹਨਾਂ ਉਹਨਾਂਦਰੋਂ ਗੁਜਰਾਤ ਵਾਲੇ ਬੰਦੇ ਵਾੜ ਕੇ ਪੂਰੇ ਕਰਨ ਦੀ ਆਪਣੇ ਦਿਨੋਂ ਕੋਸ਼ਿਸ਼ ਕੀਤੀ ਉਹ ਫੜੇ ਗਏ ਉਸ ਤੋਂ ਬਾਅਦ ਇਹਨਾਂ ਨਵੀਂ ਸਕੀਮ ਲਈ ਕਿ ਬਗੈਰ ਆਪੋਜੀਸ਼ਨ ਦੇ ਨਾਲ ਮਿਲ ਕੇ ਜਿਹੜਾ ਇੱਕ ਪੋਲਿੰਗ ਏਜੰਟ ਖਿਲਾਰਦੇ ਨੇ ਦੋ ਉਹ ਵੀ ਨਹੀਂ ਖਿਲਾਰਨੇ ਉਹਨਾਂ ਦੀ ਦਰਖਾਸਤ ਮੁਸਤਰਦ ਕਰ ਦਿੱਤੀ ਯਕਦਮ ਜਦੋਂ 12 ਵਜੇ ਕੇ 5 ਮਿੰਟ ਹੁੰਦੇ ਨੇ ਤੇ ਐਲਾਨ ਹੁੰਦਾ ਜੀ ਪ੍ਰਵੇਦ ਲਾਈ ਸਾਹਿਬ ਵੋਟ ਲੈਣ ਲੱਗੇ ਨੇ ਵੋਟ ਕਿੱਥੋਂ ਲੈਣੇ ਨੇ ਬੰਦੇ ਤੇ ਪੂਰੇ ਨਹੀਂ 186 ਤੇ ਹੈ ਹੀ ਨਹੀਂ ਬੰਦੇ ਨੇ ਸਾਰੇ ਉੱਥੇ 176 ਸਾਡੀ ਤਲਾਹ ਦੇ ਮੁਤਾਬਕ ਜੋ ਅਸਾਂ ਗਿਨੇ ਨੇ ਉਹ 171 ਨੇ ਲੇਕਿਨ ਚਲੋ ਅਸੀਂ ਉਤਲੇ ਚਾਰ ਕੱਢ ਦਿੰਦੇ ਮਾਰਜਨ ਦੇ ਛਰਨੇ ਇਦੋਂ ਆਪੋਜੀਸ਼ਨ ਰੌਲਾ ਪਾਇਆ ਕਿ ਸਾਡਾ ਪੋਲਿੰਗ ਜੈਂਟ ਖਲਾਰੋ ਤਾਂ ਕਿਸੇ ਬੰਦੇ ਤੇ ਗਿਣੀ ਕਿਹੜੇ ਬੰਦੇ ਨੇ ਤੁਹਾਡੇ ਕੋਲ ਇੱਥੇ ਸਾਡੇ ਸਾਹਮਣੇ ਤਾਂ ਕੋਈ ਬੰਦਾ ਨਹੀਂ ਬੰਦੇ ਛਾਟ ਨੇ ਉਹਨਾਂ ਨੇ ਉਹ ਦਰਹਾਸ ਮੁਸ਼ਤਰਤ ਕਰ ਦਿੱਤੀ ਕਿਉਂਕਿ ਰਾਤ ਦੇ ਵਕਤ ਡਾਕਾ ਮਾਰਨਾ ਸੀ ਤੇ Imran Khan ਦੇ ਬਕੌਲ ਇਹ ਸਭ ਤੋਂ ਵੱਡਾ ਡਾਕੂ ਹੈ ਔਰ پرویز ਲਾਈ ਦੇ ਬਕੌਲ Imran Khan ਜਿਹੜਾ ਹੈ ਉਹ ਸਭ ਤੋਂ ਵੱਡਾ ਉਹ ਹੈ ਨਾ ਪੀਛਾ ਪੀਛ ਸਾਰਾ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਜਨਾਬ ਉੱਥੇ ਆਪੋਜੀਸ਼ਨ ਜਿਹੜੀ ਉਹਨਾਂ ਨੇ ਰੋਲਾ ਪਾ ਦਿੱਤਾ ਬਈ ਇਹ ਇੰਜ ਹੋ ਹੀ ਨਹੀਂ ਸਕਦਾ ਤੋ ਕਿਸ ਤਰ੍ਹਾਂ ਵੋਟ ਇਸ ਤਰ੍ਹਾਂ ਲੈ ਸਕਦਾ ਬਈ ਜਦੋਂ ਸਾਡਾ ਬੰਦਾ ਹੀ ਉੱਥੇ ਕੋਈ ਨਹੀਂ ਜਿਹਨੇ ਤਸਦੀਕ ਕਰਨੀ ਹੀ ਗੈਣ ਕੇ ਜਿਹਨੇ ਬੰਦੇ ਚੈੱਕ ਕਰਨੇ ਨੇ ਰਜਿਸਟਰ ਚੈੱਕ ਕਰਨੇ ਤੋ ਕਿਸ ਤਰ੍ਹਾਂ ਕਰ ਸਕਦਾ ਉਹਨੇ ਕਿਹਾ ਜੀ ਨਹੀਂ ਇਹ ਸਾਈਨ ਜੀ ਕਰਦਾ ਇਹ ਉਥੋਂ ਫਿਰ ਬਾਹਰ ਨਿਕਲੇ ਨੇ ਇਹਨਾਂ ਉੱਤੇ ਹੰਗਾਮਾ ਰਾਈ ਸ਼ੁਰੂ ਕਰ ਦਿੱਤੀ ਏ ਚੀਖੋ ਪੁਕਾਰ ਸ਼ੁਰੂ ਕਰ ਦਿੱਤੀ ਏ ਡੈਸਕ ਵਜਾਣੇ ਸ਼ੁਰੂ ਕਰ ਦਿੱਤੇ ਨੇ ਮਾਰਕੁਟਾਈ ਸ਼ੁਰੂ ਕਰ ਦਿੱਤੀ ਏ ਬਈ ਇੰਜ ਨਹੀਂ ਹੋ ਸਕਦਾ ਉਹ ਜਿਹੜਾ ਏ ਬਾਹਰ ਨਿਕਲਣ ਨੇ ਬਾਈਕਟ ਕਰਕੇ ਤੇ ਨਾਲ ਹੀ ਸਪੀਕਰ ਨੇ ਐਲਾਨ ਕਰ ਦਿੱਤਾ ਜੀ ਪ੍ਰਵੇਸ਼ ਲਈ ਦੇ 86 ਬੰਦੇ ਪੂਰੇ ਨੇ ਤੇ ਉਹ ਵਜ਼ੀਰ ਆਲਾ ਹੀ ਰਹੇਗਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਬਸ ساری ਰਾਤ ਉੱਥੇ ਬਿਠਾ ਬਿਠਾ ਕੇ ਤਰਲੇ ਕਰ ਕਰਕੇ ਜੀ ਕਰ ਲੈਣ ਦਿਓ ਅਸੈਂਬਲੀ ਨਹੀਂ ਤੋੜਾਂਗਾ ਬੰਦੇ ਵਿੱਚ ਮੈਨੂੰ ਵਾਰਡ ਲੈਂਦੇ ਗੁਜਰਾਤ ਦੇ ਇਹ ਉਹ اپੋਜੀਸ਼ਨ ਨਹੀਂ ਮੰਨੇ ਲੇਕਿਨ ਆਖਰੀ ਅਰਬਾ ਨੇ ਇਸਤੇਮਾਲ ਕੀਤਾ ਕਿ ਕਰਾਰਦਾਰ ਦੇ ਜ਼ਰੀਏ ਸਪੀਕਰ ਦੇ ਮੂੰਹ ਦੇ ਵਿੱਚੋਂ ਇਹ ਐਲਾਨ ਕਰਵਾਉਣਾ ਸੀ ਕਿ ਬੰਦੇ ਸਾਡੇ ਜੀ ਪੂਰੇ ਨੇ ਅੱਲਾਹ ਲਾ ਤੇ ਖੈਰ ਸੱਲਾ ਤੇ ਇਸ ਵਾਸਤੇ ਮੈਂ ਕਹਿ ਰਿਹਾ ਕਿ ਕੈਦੋ ਜਿਹੜਾ ਇਹ ਵਜ਼ੀਰ ਆਲਾ ਨਹੀਂ ਰਿਹਾ ਇਹਦੇ ਕੋਲ ਤਦਾਦ ਪੂਰੀ ਨਹੀਂ ਬੰਦੇ ਸ਼ਾਰਟ ਨੇ ਤਕਰੀਬਨ 10 ਲੇਕਿਨ ਬੰਦੇ 15 ਤੋਂ 16 ਸ਼ਾਰਟ ਨੇ ਅਸੀਂ 10 ਹੀ ਚਲੋ ਕਹਿੰਦੇ ਆ ਜੈਲੀ ਵੋਟ ਔਰ ਜੈਲੀ ਗਿਣਤੀ ਜਿਹੜੀ ਇਹ ਫੜੀ ਗਈ ਬਿਲਕੁਲ ਸਾਰੀ ਦੁਨੀਆ ਨੇ ਵੇਖਿਆ ਕਿਸ ਤਰ੍ਹਾਂ ਆਪਣੇ ਡਰਾਈਵਰ ਆਪਣੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਕਪੜੇ ਛਪੜੇ ਪਵਾ ਕੇ ਮਾਸਕ ਪਵਾ ਕੇ ਤੇ ਐਮਪੀਏ ਬਣਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਉਹ ਗੱਲ ਨਾ ਚੱਲੀ ਤੇ ਲੱਗਦਾ ਹੈ ਜੀ ਕਿ ਮਾਮਲਾ ਜਿਹੜਾ ਹੁਣ ਫਿਰ ਅਦਾਲਤ ਤੇ ਜਾਏਗਾ ਹੁਣ ਅਦਾਲਤ ਕੋਲ ਵੀ ਕੀ ਆਪਸ਼ਨ ਹੋ ਸਕਦੀ ਉਹ ਇਹ ਕਹਿ ਸਕਦੇ ਨੇ ਠੀਕ ਹੈ ਜੀ ਅਸੈਂਬਲੀ ਦੀ ਕਾਰਵਾਈ ਹੋਊਗੀ ਤੁਸੀਂ ਵਜ਼ੀਰ ਅਲਾਈ ਠੀਕ ਹੋਗੇ ਜਾਂ ਉਹ ਇਹ ਕਹਿ ਸਕਦੇ ਨੇ ਜੀ ਨਹੀਂ ਆ ਵੇਖੋ ਤੁਹਾਡੇ ਬੰਦੇ ਤੇ ਬਾਹਰ ਸੌਦੀਰ ਬੈਠੇ ਨੇ 6 ਜਾਂ 7 ਜਾਂ 5 ਜਾਂ 4 ਤੁਸੀਂ ਕਿਸ ਤਰ੍ਹਾਂ 186 ਪੂਰੇ ਕਰ ਲੈਣੇ ਇਸ ਰਜਿਸਟਰ ਚੈੱਕ ਕੀਤਾ ਜਾ ਸਕਦਾ ਹੈ ਕੋਈ ਤਹਿਕੀਕ ਕੀਤੀ ਜਾ ਸਕਦੀ ਹੈ ਸਾਫੀਆਂ ਨੂੰ ਬੁਲਾਇਆ ਜਾ ਸਕਦਾ ਹੈ ਉਸ ਤੋਂ ਬਾਅਦ ਪੂਰੀ ਕਾਰਵਾਈ ਵੇਖੀ ਜਾ ਸਕਦੀ ਹੈ ਇਹ ਬੰਦੇ ਕਿੱਥੋਂ ਆਏ ਕਿੱਧਰ ਗਏ ਸਾਰਾ ਕੁਝ ਔਰ ਮੇਰਾ ਨਹੀਂ ਅੰਦਾਜ਼ਾ ਕਿ ਅਦਾਲਤ ਇੰਨੀ ਤਹਿਕੀਕਾਤ ਕਰੇ ਜਾਂ ਉਹ ਕਹਿ ਦੇ ਕਿ ਠੀਕ ਹੈ ਹੋ ਗਿਆ ਅਸੈਂਬਲੀ ਨੇ ਕਹਿ ਦਿੱਤਾ ਸਪੀਕਰ ਨੇ ਤੇ ਹੋ ਗਿਆ ਜਾਂ ਉਹ ਕਹਿ ਦੇ ਕਿ ਨਹੀਂ ਤੁਸੀਂ ਇਹ ਫਰਾਡ ਕੀਤਾ ਲੇਕ ਨਜ਼ਰ ਇਹ ਆਉਂਦਾ ਹੈ ਕਿ ਅਦਾਲਤ ਕਬੀ ਜੀ ਠੀਕ ਹੈ ਜੀ ਹੋ ਗਿਆ ਚਲੋ ਜੀ ਹੋ ਗਿਆ ਹੁਣ ਅਗੋਂ ਅਗਲਾ ਕੀ ਮਰਹਲਾ ਅਗਲਾ ਮਰਹਲਾ ਜੀ ਜਿਸ ਤਰ੍ਹਾਂ ਜਿੱਥੋਂ ਮੈਂ ਕਹਿ ਰਿਹਾ ਕਿ ਪ੍ਰਵੇਸ਼ ਲਈ ਵਜ਼ੀਰ ਇਲਾ ਨਹੀਂ ਰਿਹਾ ਉਹ ਕਿਉਂ ਨਹੀਂ ਰਿਹਾ ਇੱਕ ਤੇ ਅਜੇਲੀ ਵੋਟ ਹੋ ਗਿਆ ਇਹ ਉਹਨੂੰ ਵੀ ਪਤਾ ਹੈ ਆਪੋਜੀਸ਼ਨ ਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਕੋਈ ਪਤਾ ਨਹੀਂ ਅੰਦਰ ਖਾਤੇ ਆਪੋਜੀਸ਼ਨ ਦੇ ਨਾਲ ਇਹ ਮਿਲੇ ਹੋਣ ਕਿ ਅਸੀਂ ਰੋਲੇ ਗੋਲੇ ਦੇ ਵਿੱਚ ਮਕਾ ਲਾਂਗੇ ਯਾਰ ਅਸੈਂਬਲੀਆਂ ਨਹੀਂ ਤੋੜਨੀਆਂ ਪੈਣਦੀਆਂ ਤੇ ਇੰਜ ਹੀ ਹੈਗਾ ਚੱਲਣ ਦਿਓ ਤੁਸੀਂ ਫਿਰ ਹਫਤੇ ਬਾਅਦ ਇੱਕ ਤਰੀਕੇ ਅਤਮੇਤਮਾਦ ਲੈ ਵਜੇ ਤੇ ਮੈਂ ਫਿਰ 6 ਮਹੀਨੇ ਬਾਅਦ ਜਾਵਾਂਗਾ ਫਿਰ ਉਹਦੇ ਤੇ ਰੋਲਾ ਚੱਲਦਾ ਰਹੇਗਾ ਅਗੋਂ ਅਪ੍ਰੈਲ ਆ ਜਾਏਗਾ ਤੇ ਅਪ੍ਰੈਲ ਤੋਂ ਬਾਅਦ ਫਿਰ ਸੰਬਲੀ ਟੁੱਟ ਵੀ ਜਾਏ ਤੇ ਸੰਬਲੀ ਬਹਾਲ ਹੀ ਰਹਿਣੀ ਕਿਉਂਕਿ ਉਹ ਤਰੇ ਮਹੀਨੇ ਦਾ ਗੈਪ ਚਾਰ ਮਹੀਨੇ ਦੇ ਵਿੱਚ ਆ ਜਾਦਾ ਤੇ ਉਹ ਬਸ ਗੱਲ ਖਤਮ ਹੋ ਜੇ ਹੋ ਜਾਣੀ ਤੇ ਇਹ ਵਜ਼ੀਰ ਆਲਾ ਇਸ ਤੋਂ ਨਹੀਂ ਰਿਹਾ ਬਿੱਖਤੇ ਤੇ ਵੋਟ ਕੋ ਨਹੀਂ ਔਰ ਦੂਸਰਾ ਇਹਨੂੰ ਹੁਣ ਸੰਬਲੀ ਤੋੜਨੀ ਪੈਣੀ ਤੇ ਬਜ਼ਾਰਤਿਆਂ ਲੱਗ ਗਈ ਦੋਨਾਂ ਸ਼ੁਰਤਾਂ ਦੇ ਵਿੱਚ ਪ੍ਰਵੇਸ਼ ਲਈ ਜਿਹੜਾ ਉਹ ਵਜ਼ੀਰ ਆਲਾ ਨਹੀਂ ਰਿਹਾ ਜੈਲੀ ਵੋਟ ਔਰ ਜੈਲੀ ਗਿਣਤੀ ਜਿਹੜੀ ਇਹ ਸਾਰਿਆਂ ਦੇ ਸਾਹਮਣੇ ਫੜੀ ਗਈ ਹੈ ਮਾਮਲਾ ਅਦਾਲਤ ਵਿੱਚ ਮੈਂ ਕਿਹਾ ਜਾ ਸਕਦਾ ਹੈ ਲੇਕਿਨ ਜੋ ਸਾਡੇ ਸੋਰਸਸ ਕਹਿ ਰਹੇ ਜੋ ਸਾਨੂੰ ਨਜ਼ਰ ਆ ਰਿਹਾ ਕਿ ਪ੍ਰਵੇਸ਼ ਲਈ ਦੇ ਉੱਤੇ ਇੱਕ ਦੋ ਵਾਰੀ ਹੋਰ ਇਸ ਤਰ੍ਹਾਂ ਦੇ ਮੌਕੇ ਆਨੇ ਨੇ ਕਿਉਂਕਿ ਇਹ ਬੜਾ ਸਖਤ ਉਹਦੇ ਤੇ ਪ੍ਰੈਸ਼ਰ ਸੀ ਔਰ ਅਸਤੀਫਾ ਦੇਣ ਦੇ ਬਿਲਕੁਲ ਕਰੀਬ ਸੀ ਤੇ ਰਾਤ ਦੇ 12 ਵਜੇ 1 ਵਜੇ ਉਹਨੇ ਇਹ ਵਾਰਦਾਤ ਪਾਈ ਹੈ ਇਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਰੋਜ਼-ਰੋਜ਼ ਪਾਈਆਂ ਨਹੀਂ ਜਾ ਸਕਦੀਆਂ ਤੇ ਜਦੋਂ ਤੁਹਾਡੇ ਕੋਲ ਸਾਰਾ ਅਸੈਂਬਲੀ ਦਾ ਆਪਣਾ ਸਟਾਫ ਹੋਏ ਸਪੀਕਰ ਹੋਏ ਚੀਜ਼ਾਂ ਹੋਣ ਤੁਸੀਂ ਇਹ ਛੋਟੀਆਂ ਮੋਟੀਆਂ ਡਕੀਤੀਆਂ ਜਿਹੜੀਆਂ ਨੇ ਇਹ ਤੁਸੀਂ ਕਰ ਸਕਦੇ ਹੋ ਔਰ ਆਂਦਾ ਵੈਂਦਾ ਵੀ ਕੁਛ ਨੇ ਮਤਲਬ ਪੂਰੀ ਦੁਨੀਆ ਦੇ ਸਾਹਮਣੇ ਕੁ ਸੌ ਦੇ ਕਰੀਬ ਸਹਾਫੀ ਸੀ ਤੇ ਹਰ ਬੰਦਾ ਕਹਿ ਰਿਹਾ ਸੀ ਕਿ 171 171 ਨੰਬਰ ਹੈ ਸਿਰਫ ਇਹਨਾਂ ਕੋਲ ਅਸੀਂ ਚਲੋ 176 ਕਹਿ ਦਿੰਦੇ ਹਾਂ ਤੇ ਇਹ ਸਾਰਾ ਕੁਝ ਜਿਹੜਾ ਹੈ ਆئین ਔਰ ਕਾਨੂੰਨ ਦੀਆਂ ਤਰਝੀਆਂ ਇਸ ਬਖੇਰੀਆਂ ਨੇ ਕਦੋ ਸਾਹਿਬ ਨੇ ਤੇ ਸਾਡੀ ਨਜ਼ਰ ਦੇ ਵਿੱਚ ਇਹ ਨਾ ਹੀ ਵਜ਼ੀਰ ਇਲਾਹ ਹੈ ਔਰ ਨਾ ਹੀ ਇਹ ਮਜ਼ੀਦ ਰਹਿ ਸਕਦਾ ਔਰ ਮੈਂ ਸਮਝਦਾ ਕਿ ਅਗਰ ਪੰਜਾਬ ਦੇ ਵਿੱਚ ਲੋਕਾਂ ਨੂੰ ਰਿਲੀਫ ਦੇਣਾ ਹੈ ਲੋਕਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਦੂਰ ਕਰਨੀਆਂ ਨੇ ਤੇ ਗੌਰਨ ਰਾਜ ਜਿਹੜਾ ਉਹ ਲਾਜ਼ਮੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਕਰਪਸ਼ਨ ਪੰਜਾਬ ਦੇ ਵਿੱਚ ਅਸੀਂ ਵੇਖ ਰਹੇ ਹਾਂ ਜੋ ਹਾਲਾਤੋ ਵਾਕਿਆਤ ਅਸੀਂ ਆਪਣੀ ਅੱਖੀਂ ਵੇਖ ਰਹੇ ਹਾਂ ਇਹ ਇੱਕ ਅਜੀਬੋ ਗਰੀਬ ਕਿਸਮ ਦਾ ਇੱਕ ਜੰਗਲ ਬਣ ਚੁੱਕਿਆ ਹੈ ਪੰਜਾਬ ਤੇ ਅਦਾਲਤਾਂ ਅੱਗੇ ਵੀ ਸਾਡੀ ਇਹ ਰਿਕਵੈਸਟ ਹੈ ਕਿ ਆئین ਅਤੇ ਕਾਨੂੰਨ ਦੇ ਮੁਤਾਬਕ ਜਿਹੜਾ ਵੀ ਫੈਸਲਾ ਦਿਓ ਤਾਂ ਕਿ ਗੱਲ ਅੱਗੇ ਤੁਰੇ ਤੇ ਇਸ ਮਹੀਨੇ ਦੇ ਵਿੱਚ ਸਾਨੂੰ پرویز ਲਈ ਸਿਆਸੀ ਤੌਰ ਤੇ ਵਜ਼ੀਰ ਇਲਾਹ ਰਹਿਨਦਾਰ ਨਜ਼ਰ ਨਹੀਂ ਆਂਦਾ ਦੋਵੇਂ ਸੂਰਤਾਂ ਦੇ ਵਿੱਚ ਚਾਹੇ ਅਸੈਂਬਲੀਆਂ ਤੋੜਨ ਦੀ ਸੂਰਤ ਵਿੱਚ ਚਾਹੇ ਦੁਬਾਰਾ ਅਧਮੇ ਇਤਮਾਦ ਦੇ ਚੱਕਰ ਵਿੱਚ ਚਾਹੇ ਤਾਹਰੀਕੀ ਅਧਮੇ ਇਤਮਾਦ ਦੇ ਚੱਕਰ ਵਿੱਚ ਚਾਹੇ ਗਵਰਨਰ ਰਾਜ ਦੇ ਚੱਕਰ ਵਿੱਚ ਕਿਉਂਕਿ ਆਪੋਜੀਸ਼ਨ ਨੇ ਹੁਣ ਫੈਸਲਾ ਕਰ ਲਿਆ ਹੈ ਕਿ ਇਹਨੂੰ ਕਿਉਂਕਿ ਹੁਣ 186 ਤੋਂ ਉੱਤੇ ਤੇ ਨਹੀਂ ਜਾਉਂ ਜਾ ਸਕਦਾ ਜਿੰਨਾ ਵੀ ਉਹਨੇ ਫਰਾਡ ਖੇਡਿਆ ਤੇ 186 ਤੋਂ ਇੱਕ ਘੱਟ ਗਿਆ ਤੇ ਗੱਲ ਖਤਮ ਹੋ ਗਈ ਅੱਜ ਨਹੀਂ ਕੱਲ ਨਹੀਂ ਪਰਸੋਂ ਨਹੀਂ ਫਿਰ ਗਵਰਨਰ ਲਿਖ ਦੇਗਾ ਖਤ ਕਿ ਸਰ ਜੀ ਵੋਟ ਲਵੋ ਫਿਰ ਕੀ ਕਰੇਗਾ ਤੇ ਇਸ ਵਾਸਤੇ ਬੜਾ ਕੁਸ਼ ਹੈ ਤੇ ਸਾਡੀ ਨਜ਼ਰ ਦੇ ਵਿੱਚ ਪ੍ਰਵੇਸ਼ ਲਈ ਵਜ਼ੀਰ ਆਲਾ ਨਹੀਂ ਰਿਹਾ ਜ਼ੈਰੀ ਗੱਲ ਹੈ ਪ੍ਰਵੇਸ਼ ਲਈ ਦੇ ਨਜ਼ਰ ਦੇ ਵਿੱਚ ਵੀ ਉਹ ਵਜ਼ੀਰਿਆਲਾ ਨਹੀਂ ਝੂਠ ਤੇ ਝੂਠ ਹੀ ਹੁੰਦਾ ਔਰ ਜੈਲ ਸਾਜ਼ੀ ਤੇ ਜੈਲ ਸਾਜ਼ੀ ਹੁੰਦੀ ਹੈ ਤੇ ਬਹਰਲ ਜਿੰਨਾ ਵੀ ਪਟਵਾਰਖਾਨਾ ਪਰੇਸ਼ਾਨੀ ਵਾਲੀ ਜ਼ਰੂਰਤ ਨਹੀਂ ਸਭ ਓਕੇ ਆ ਹੱਛਾ ਚੀਜ਼ਾਂ ਜਿਹੜੀਆਂ ਨੇ ਉਹ ਬੇਨਕਾਬ ਹੋ ਰਹੀਆਂ ਨੇ ਔਰ ਇਹ ਰਹਿੰਦਾ ਸਾਨੂੰ ਨਜ਼ਰ ਨਹੀਂ ਆਉਂਦਾ ਬਹੁਤ ਸ਼ੁਕਰੀਆ